ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਆਮ ਜਨਤਾ ਦੇ ਨੁਕਸਾਨ ਦਾ ਭਾਵੇਂ ਹਾਲੇ ਤੱਕ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ, ਪਰੰਤੂ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਹੜ੍ਹਾਂ ਦੌਰਾਨ ਜੋ ਹੜ੍ਹ ਪੀੜਤਾਂ ਨਾਲ ਮਦਦ ਦੇ ਵਾਅਦੇ ਕੀਤੇ ਸੀ ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਦੇ ਨੁਕਸਾਨ ਦੇ ਬਾਅਦ ਜਿੱਥੇ ਖਾਲਸਾ ਏਡ ਵੱਲੋਂ ਮੱਝਾਂ, ਟਰੈਕਟਰ, ਰਾਸ਼ਨ, ਖਾਦ, ਯੂਰੀਆ ਨਾਲ ਮਦਦ ਕੀਤੀ, ਉੱਥੇ ਹੀ ਹੜ੍ਹ ਦੀ ਮਾਰ ਨਾਲ ਬੇਘਰ ਹੋਏ ਗਰੀਬਾਂ ਨੂੰ ਖਾਲਸਾ ਏਡ ਵੱਲੋਂ ਪੱਕੇ ਆਸ਼ਾਨੇ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਇਹਨਾਂ ਘਰਾਂ ਦੇ ਚੱਲ ਰਹੇ ਨਿਰਮਾਣ ਦਾ ਜਾਇਜ਼ਾ ਲੈਣ ਖੁਦ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਜ਼ਿਲ੍ਹਾ ਰੂਪਨਗਰ ਦੇ ਪਿੰਡ ਖੈਰਾਬਾਦ ਪਹੁੰਚੇ। ਜਨਤਾ ਤੋਂ ਕਰੋੜਾਂ ਰੁਪਏ ਦਾ ਟੈਕਸ ਇਕੱਠਾ ਕਰਨ ਵਾਲੀ ਪੰਜਾਬ ਸਰਕਾਰ ਦੀ ਜੋ ਜ਼ਿੰਮੇਵਾਰੀ ਹੜ੍ਹ ਪੀੜਤਾਂ ਦੀ ਮਦਦ ਲਈ ਬਣਦੀ ਹੈ ਉਹ ਮਦਦ ਖਾਲਸਾ ਏਡ ਕਰ ਰਹੀ ਹੈ। ਫਿਰ ਕੀ ਫਾਇਦਾ ਅਜਿਹੀਆਂ ਸਰਕਾਰਾਂ ਦਾ ਅਤੇ ਕੀ ਫਾਇਦਾ ਕਰੋੜਾਂ ਦੇ ਟੈਕਸ ਦੇਣ ਦਾ? ਇਸ ਤੋਂ ਚੰਗਾ ਕਿ ਜਨਤਾ ਖਾਲਸਾ ਏਡ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ ਲੋੜ ਪੈਣ 'ਤੇ ਅਜਿਹੀਆਂ ਸੰਸਥਾਵਾਂ ਬਿਨਾਂ ਕਿਸੇ ਦੇਰੀ ਦੇ ਸਰਬੱਤ ਦੇ ਭਲੇ ਲਈ ਅੱਗੇ ਆ ਕੇ ਮਦਦ ਕਰ ਸਕਣ। ਰੂਪਨਗਰ ਦੇ ਵਿੱਚ ਆਏ ਹੋ ਸਰ, ਕੀ ਜਿਹੜਾ ਹੈਗਾ ਪਰਪਸ ਸੀਗਾ ਜੀ? ਅਸੀਂ ਇੱਥੇ ਆਏ ਹਾਂ ਦੇਖਣ ਜਿਹੜੇ ਹੜ੍ਹ ਆਏ ਸੀਗੇ, ਜਿਹੜੇ ਤੁਹਾਨੂੰ ਪਤਾ ਪੰਜਾਬ 'ਚ 3-4 ਮਹੀਨੇ ਪਹਿਲਾਂ ਹੜ੍ਹ ਆਏ ਸੀਗੇ, ਅਸੀਂ ਦੇਖਣਾ ਵੀ ਕਿੱਦਾਂ ਸੇਵਾ ਚੱਲਦੀ, ਜਿਹੜੇ ਘਰ ਬਣ ਰਹੇ ਆ, ਕਮਰੇ ਬਣ ਰਹੇ ਆ ਗਰੀਬਾਂ ਲਈ ਇਸ ਇਲਾਕੇ ਵਿੱਚ, ਉਹ ਬਸ ਚੈੱਕ ਕਰਨਾ ਸੀ ਅਸੀਂ। ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਕਿੰਨੇ ਕੁ ਜਿਹੜੇ ਪ੍ਰੋਜੈਕਟ ਚੱਲ ਰਹੇ ਸਰ ਆਪਣੇ, ਕਿਹੜੇ ਜਗ੍ਹਾ? ਜਿੱਥੇ ਵੀ ਹੜ੍ਹ ਆਏ ਹਜੇ ਤੱਕ ਪ੍ਰੋਜੈਕਟ ਚੱਲੀ ਜਾਂਦੇ ਆ, ਅਤੇ ਮੇਰੇ ਖਿਆਲ 6-7 ਮਹੀਨੇ ਹੋਰ ਚੱਲੀ ਜਾਊਗੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।